ਮਿਤੇ ਦੀ ਵੈਲੋਚਿਤਾ ਟਰੱਕ ਦੀ ਡਬਲ ਟਰੱਕ ਦੀ ਕਿਸ਼ਤੀ ਲੈ ਕੇ ਜਾਣ ਵੇਲੇ 80-100 ਕਿਉਂ ਹੁੰਦੀ ਆ ਜਾਂ 70-80 ਕਿਉਂ ਹੁੰਦੀ ਆ, ਰਿਮੋਰ ਕਿਉਂ ਪਾ ਕੇ ਸਪੀਡ, ਜਾਂ ਚੀਕਲੋ ਮਤੋਰੀ ਦੀ ਟਰੈਕਟਰ ਪਹੀਏ ਵਾਲਾ ਜਾਂ ਚੈਣ ਵਾਲਾ ਜਾਂ ਓਪਰੇਟਰ ਮਸ਼ੀਨ ਹੋਵੇ ਜਾਂ ਹੋਵੇ ਕਾਰਾਵਾਨ, ਇਹਨਾਂ ਦੀ ਸਪੀਡ ਮੌਸਮ ਖਰਾਬ ਹੋਣ 'ਤੇ ਕਿੰਨੀ ਰਹਿ ਜਾਂਦੀ ਆ, ਆਊਟੋ ਟ੍ਰੇਨੀ ਦੀ ਸਪੀਡ 70-80 ਕਿਉਂ ਹੁੰਦੀ ਆ, ਪ੍ਰਿੰਸੀਪਲ ਰੋਡ 'ਤੇ ਕਿੰਨੀ ਆ ਅਤੇ ਆਊਟੋ ਸਤਰਾ ਦੇ ਉੱਪਰ ਇਹਨਾਂ ਦੀ ਸਪੀਡ ਕਿੰਨੀ ਆ। ਇਹ ਸਾਰਾ ਕੁਝ ਜਾਣਨ ਲਈ ਡਾਊਨਲੋਡ ਕਰੋ ਸਾਡੀ ਐਪਲੀਕੇਸ਼ਨ ਨੀਟ ਐਂਡ ਬ੍ਰਦਰਸ, ਜਿਹਦੇ ਵਿੱਚ ਅਸੀਂ ਹਰੇਕ ਟੋਪਿਕ ਉੱਪਰ ਖਾਸ ਤੌਰ 'ਤੇ ਵੀਡੀਓ ਬਣਾਈ ਹੋਈ ਆ, ਅਤੇ ਤੁਸੀਂ ਸਾਨੂੰ ਫੇਸਬੁੱਕ, ਯੂਟਿਊਬ 'ਤੇ ਫੋਲੋ ਕਰ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। 4 ਕਿਸਮ ਦੇ ਰੋਡ ਹੁੰਦੇ ਨੇ ਇਟਲੀ ਵਿੱਚ। ਸਾਰਿਆਂ ਨਾਲੋਂ ਪਹਿਲਾਂ ਆ ਸਤਰਾਦਾ ਉਰਬਾਨਾ, ਸ਼ਹਿਰ ਵਿੱਚ ਸਤਰਾਦਾ ਉਰਬਾਨਾ। ਐਕਸਟਰਾ ਉਰਬਾਨਾ ਸੈਕੁੰਡਾਰੀਆ, ਸ਼ਹਿਰ ਤੋਂ ਬਾਹਰ। ਐਕਸਟਰਾ ਉਰਬਾਨਾ ਪ੍ਰਿੰਸੀਪਾਲੇ, ਸ਼ਹਿਰ ਤੋਂ ਬਾਹਰ ਮੇਨ ਰੋਡ। ਅਤੇ ਉਸ ਤੋਂ ਬਾਅਦ ਚੌਥੀ ਜਿਹੜੀ ਕਿਸਮ ਆ ਉਹ ਆ ਆਊਟੋ ਸਤਰਾਦਾ, ਆਊਟੋ ਸਤਰਾਦਾ ਨੂੰ ਆਪਾਂ ਕਹਿ ਸਕਦੇ ਹਾਂ ਹਾਈਵੇ ਰੋਡ। ਇਹ 4 ਕਿਸਮ ਦੇ ਰੋਡ ਹੁੰਦੇ ਨੇ ਇਟਲੀ ਵਿੱਚ। ਹਰੇਕ ਰੋਡ ਦੀ ਆਪਣੀ ਸਪੀਡ ਹੁੰਦੀ ਆ। ਚਲੋ ਆਪਾਂ ਹੁਣ ਸਾਰਿਆਂ ਨਾਲ ਪਹਿਲਾਂ ਗੱਲ ਕਰਾਂਗੇ ਸਾਰਿਆਂ ਨਾਲ ਛੋਟੇ ਰੋਡ ਦੀ, ਜੋ ਕਿ ਇੱਕ ਸਤਰਾਦਾ ਉਰਬਾਨਾ ਆ। ਸਤਰਾਦਾ ਉਰਬਾਨਾ ਤੋਂ ਭਾਵ ਆ ਕਿ ਇਹ ਸ਼ਹਿਰ ਦੇ ਵਿੱਚ ਵਾਲੀ ਸੜਕਾਂ ਨੇ, ਇਹਨਾਂ ਦੀ ਸਪੀਡ 50 ਦੀ ਹੁੰਦੀ ਆ ਨੋਰਮਲੀ। ਅਗਰ ਸਾਨੂੰ ਕੋਈ ਪੁੱਛੇ ਵੀ ਸ਼ਹਿਰ 'ਚ ਸਪੀਡ ਕਿੰਨੀ ਆ, ਤਾਂ 50 ਦੀ ਆ। ਹਰੇਕ ਕਿਸਮ ਦੇ ਵਹੀਕਲ ਲਈ ਸਪੀਡ ਇੱਥੇ 50 ਦੀ ਆ। ਅਤੇ ਜੇ ਫਿਰ ਕੋਈ ਪੁੱਛੇ ਵੀ 70 ਦੀ ਕਦੋਂ ਹੁੰਦੀ ਆ, ਓਕੇ 70 ਦੀ ਸਪੀਡ ਹੁੰਦੀ ਆ ਜਦੋਂ ਰੋਡ ਪਾਰਟੀਕੁਲਰ ਹੀ ਹੁੰਦਾ, ਖਾਸ ਕਰੈਕਟਰਿਸਟਿਕ ਖੂਬੀਆਂ, ਜਦ ਰੋਡ ਦੀਆਂ ਖਾਸ ਖੂਬੀਆਂ ਹੋਣ, ਰੋਡ ਵੱਡਾ ਹੋਏ, ਉਦੋਂ ਇਹਦੀ ਸਪੀਡ 70 ਦੀ ਵੀ ਹੋ ਸਕਦੀ ਆ। ਲੇਕਿਨ ਸਵਾਲ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ। ਨਾਲ ਹੀ ਆਪਾਂ ਗੱਲ ਕਰਨੀ ਸ਼ੁਰੂ ਕਰਦੇ ਹਾਂ, ਦੂਜਾ ਰੋਡ ਜਿਹੜਾ ਹੈ ਸ਼ਹਿਰ ਤੋਂ ਬਾਹਰ ਵਾਲਾ, ਉਹਦਾ ਨਾਮ ਸੀਗਾ ਐਕਸਟਰਾ ਉਰਬਾਨਾ ਸੈਕੁੰਡਾਰੀਆ। ਇਹਦੀ ਸਪੀਡ ਜਿਹੜੀ ਹੁੰਦੀ ਆ ਨੋਰਮਲੀ 90 ਦੀ ਹੁੰਦੀ ਆ। 90 ਦੀ ਸਪੀਡ ਦਾ ਭਾਵ ਆ ਕਿ ਜਦ ਤੁਸੀਂ ਸ਼ਹਿਰ ਤੋਂ ਬਾਹਰ ਲਿੰਕ ਰੋਡ 'ਤੇ ਸਫ਼ਰ ਕਰ ਰਹੇ ਹੋ, ਤਾਂ ਉਸ ਟਾਈਮ ਤੁਹਾਡੀ ਸਪੀਡ ਮੈਕਸੀਮਮ 90 ਦੀ ਹੀ ਹੋਏਗੀ। ਇਸ ਤੋਂ ਘੱਟ ਸਕਦੀ ਆ, ਲੇਕਿਨ 90 ਤੋਂ ਕਦੀ ਵੱਧਦੀ ਨਹੀਂ ਹੈਗੀ। ਉਸ ਤੋਂ ਬਾਅਦ ਜਿਹੜਾ ਤੀਸਰਾ ਕਿਸਮ ਆ ਉਹ ਆ ਸਤਰਾਦਾ ਪ੍ਰਿੰਸੀਪਾਲੇ। ਇਹ ਜਿਹੜਾ ਸਾਈਨ ਬੋਰਡ ਦੇਖ ਰਹੇ ਤੁਸੀਂ ਉੱਪਰ, ਇਹ ਸਾਈਨ ਬੋਰਡ ਲੱਗਾ ਹੋਣ 'ਤੇ ਪ੍ਰਿੰਸੀਪਲ ਰੋਡ ਸ਼ੁਰੂ ਹੋ ਜਾਂਦਾ ਆ। ਇਸ ਦੀ ਸਪੀਡ ਕਿੰਨੀ ਆ? ਓਕੇ ਇਸ ਦੀ ਸਪੀਡ ਆ 110 ਨੋਰਮਲੀ। 20 ਘੱਟ ਜਾਂਦੀ ਆ ਜਦ ਬਾਰਿਸ਼ ਪੈ ਰਹੀ ਹੋਏ ਜਾਂ ਮੌਸਮ ਖਰਾਬ ਹੋ ਰਿਹਾ ਹੋਏ। ਸਪੀਡ ਵੱਧਦੀ ਘਟਦੀ ਆ ਮੌਸਮ ਖਰਾਬ ਹੋਣ 'ਤੇ। ਇਹਦੇ ਵਿੱਚ ਸਵਾਲਾਂ ਵਿੱਚ ਜੋ ਜ਼ਿਕਰ ਕੀਤਾ ਗਿਆ ਤੁਹਾਨੂੰ ਬਕਾਇਦਾ ਦੱਸਿਆ ਜਾਏਗਾ ਵੀ ਕਿਹੜੇ ਸਵਾਲ 'ਚ ਸਪੀਡ ਘੱਟ ਰਹੀ ਆ ਅਤੇ ਕਿਹੜੇ ਸਵਾਲ 'ਚ ਸਪੀਡ ਵੱਧ ਰਹੀ ਆ। ਜਿਹੜਾ ਸਾਈਨ ਬੋਰਡ ਦੇਖ ਰਹੇ ਹੋ ਇਹ ਸਾਈਨ ਬੋਰਡ ਆਊਟੋ ਸਤਰਾਦਾ, ਆਊਟੋ ਸਤਰਾਦੇ ਦੀ ਸਪੀਡ ਕਿੰਨੀ ਹੁੰਦੀ ਆ? 130 ਨੋਰਮਲੀ। 20 ਘੱਟ ਜਾਂਦੀ ਆ ਅਗਰ ਉੱਥੇ ਮੌਸਮ ਖਰਾਬ ਹੋ ਜਾਏ, ਪਿਓਜਾ ਕਹਿ ਸਕਦੇ ਹਾਂ ਬਾਰਿਸ਼ ਨੂੰ, ਅਤੇ 20 ਵੱਧ ਜਾਂਦੀ ਆ ਅਗਰ ਰੋਡ ਪਾਰਟੀਕੁਲਰ ਹੀ ਕਰਤਰੀ ਸੀਗਾ, ਰੋਡ ਖਾਸ ਖੂਬੀਆਂ ਵਾਲਾ ਹੈ, ਰੋਡ ਵੱਡਾ ਆ ਅਤੇ ਸਪੀਡ ਇਹਦੀ ਵੱਧ ਵੀ ਜਾਂਦੀ ਹੈਗੀ ਆ। ਫਿਰ ਮੈਂ ਸੋਚਾਂਗਾ ਯਾਰ ਵੀ ਸਪੀਡ ਫਿਕਸ ਕਿੰਨਾ ਕਿੰਨਾ ਦੀ ਆ। ਅਕਸਰ ਸਵਾਲਾਂ 'ਚ ਆਉਂਦਾ ਨਹੀਂ ਵੀ ਮੋਟਰੀਨਾਂ ਦੀ ਕੁਆਦਰੋ ਚੀਕਲੋ ਦੀ ਸਪੀਡ ਫਿਕਸ ਹੁੰਦੀ ਆ। ਲਓ ਜੀ ਸਾਰਿਆਂ ਨਾਲ ਪਹਿਲੀ ਕੈਟਾਗਰੀ ਆ ਚੀਕਲੋ ਮਤੋਰੇ। ਇਹ 3 ਜਿਹੜੀ ਕਿਸਮਾਂ ਦੇਖ ਰਹੇ ਹੋ ਇਹਨਾਂ ਤਿੰਨੋਂ ਦੀ ਹੀ ਸਪੀਡ 45 ਦੀ ਪੱਕੀ ਫਿਕਸ ਆ। ਇਹਨਾਂ ਨੇ 45 ਤੋਂ ਉੱਪਰ ਨਹੀਂ ਚੱਲਣਾ, ਬੇਸ਼ੱਕ ਤੁਹਾਡੀ ਰੋਡ 'ਤੇ ਉਸ ਟਾਈਮ ਸਪੀਡ 50 ਦੀ ਸੀਗੀ ਜਾਂ 90 ਦੀ। ਅਗਲੀ ਆਪਣੀ ਕੈਟਾਗਰੀ ਆ ਕੁਆਦਰੋ ਚੀਕਲੋ, ਨੋਨ ਲੈਜੇਰੋ ਦੀ ਸਪੀਡ ਪੱਕੀ ਹੀ 80 ਦੀ ਫਿਕਸ ਆ। ਇਹਨੇ 80 ਤੋਂ ਉੱਪਰ ਨਹੀਂ ਚੱਲਣਾ, ਮਤਲਬ ਕਿ ਅਗਰ ਰੋਡ 'ਤੇ ਉਸ ਟਾਈਮ ਸਪੀਡ 90 ਦੀ ਸੀ, ਇਹਨੇ 80 'ਤੇ ਚੱਲਣਾ ਉੱਥੇ। ਨਾਲ ਹੀ ਗੱਲ ਆਪਾਂ ਕਰਦੇ ਹਾਂ ਟਰੈਕਟਰ ਦੀ, ਜਿਹੜੇ ਟਰੈਕਟਰ ਪਹੀਏ ਵਾਲੇ ਆ ਉਹਨਾਂ ਦੀ ਸਪੀਡ ਹੁੰਦੀ ਆ 40 ਦੀ, ਜਿੱਦਾਂ ਤੁਸੀਂ ਫੋਟੋ 'ਚ ਦੇਖ ਰਹੇ ਹੋ। ਅਗਰ ਤੇ ਪਹੀਏ ਵਾਲੇ ਆ ਤਾਂ 40 ਦੀ, ਅਤੇ ਅਗਰ ਉਹ ਟਰੈਕਟਰ ਚਿੰਗੋਲੀ ਚੈਣ ਵਾਲਾ ਆ ਤਾਂ ਸਪੀਡ ਆਉਂਦੀ ਹੋ ਜਾਏਗੀ ਉੱਥੇ 15 ਦੀ, ਕਿਉਂਕਿ ਚੈਣ ਲੱਗਣ 'ਤੇ ਟਰੈਕਟਰ ਦੀ ਸਪੀਡ ਘੱਟ ਜਾਂਦੀ ਹੈਗੀ ਆ। ਜਿੱਥੇ ਇੱਕ ਆਮ ਟਰੈਕਟਰ 40  'ਤੇ ਚੱਲਦਾ ਆ, ਇਹਨੇ 15  'ਤੇ ਚੱਲਣਾ ਹੈ। ਓਪਰੇਟਰ ਮਸ਼ੀਨ 2 ਕਿਸਮ ਦੀਆਂ ਨੇ, ਟਾਇਰਾਂ ਵਾਲੀ ਆ ਅਤੇ 40 ਦੀ, ਅਗਰ ਚੈਨ ਵਾਲੀ ਆ ਤਾਂ 15 ਦੀ। ਜਿਹੜੀ ਤੁਸੀਂ ਫੋਟੋ 'ਚ ਦੇਖ ਰਹੇ ਹੋ
ਆਟੋ ਕਾਰ ਲਓ, ਟਰੱਕ, ਟਰੱਕ ਦੀ ਸਪੀਡ 80 ਕਿੱਥੇ ਹੋਏਗੀ ਅਤੇ 100 ਕਿੱਥੇ ਹੋਏਗੀ? ਲਓ ਜੀ, 100 ਤੇ ਹੋਏਗੀ ਆਟੋ ਸਰਾ ਦੇ ਉੱਪਰ, ਅਤੇ 80 ਹੋਏਗੀ ਐਕਸਟਰਾ ਉਰਬਾਨੇ ਉੱਪਰ, ਕਿਉਂਕਿ ਅਕਸਰ ਟਰੱਕਾਂ ਪਿੱਛੇ ਦੋ ਸਪੀਡਾਂ ਲਿਖੀਆਂ ਦੇਖਦੇ ਹਾਂ ਆਪਾਂ। ਜਿਹੜਾ ਤੁਸੀਂ ਅੱਗੇ ਡਬਲ ਟਰਾਲਾ ਦੇਖ ਰਹੇ ਹੋ, ਇਹਨਾਂ ਦੀ ਸਪੀਡ ਹੁੰਦੀ ਹੈ 70 ਅਤੇ 80। ਏ ਹੋਵੇ ਜਾਂ ਜਿਹੜੀ ਕਿਸਮ ਹੋਣ ਦਿਖਾ ਰਿਹਾ ਤੁਹਾਨੂੰ, ਏ ਵਾਲੀ ਹੋਏ, ਆਊਟੋ ਆਰਟੀਕੁਲਾਟੋ, ਦੋਨੋਂ ਜਿਹੜੀ ਕਿਸਮਾਂ ਨੇ ਇਹਨਾਂ ਦੀ ਸਪੀਡ ਹੁੰਦੀ 70 ਐਕਸਟਰਾ ਉਰਬਾਨੇ 'ਤੇ, ਅਤੇ 80 ਹੁੰਦੀ ਹੈ ਆਊਟੋ ਸਤਰਾ ਦੇ ਉੱਪਰ। ਇਹਨਾਂ ਨੇ ਇਸ ਤੋਂ ਉੱਪਰ ਨਹੀਂ ਚੱਲਣਾ। ਕਾਰਾਵਾਨ ਜਿਹੜੀ ਹੁੰਦੀ ਆ, ਇਹਦੀ ਸਪੀਡ ਹੁੰਦੀ ਆ 70 ਅਤੇ 80, ਕਿਉਂਕਿ ਜਦ ਆਪਾਂ ਪਿੱਛੇ ਟੋਚਨ ਪਾ ਲੈਂਦੇ ਹਾਂ ਕਾਰਾਵਾਨ ਨੂੰ, ਅਤੇ ਕਾਰਾਵਾਨ 80 'ਤੇ ਚੱਲੇਗੀ ਆਊਟੋ ਸਤਰਾ ਦੇ ਉੱਪਰ, ਅਤੇ 70 'ਤੇ ਚੱਲੇਗੀ ਐਕਸਟਰਾ ਉਰਬਾਨੇ ਦੇ ਉੱਪਰ। ਇਹ ਦੋ ਸਪੀਡਾਂ ਨੂੰ ਯਾਦ ਰੱਖਿਓ। ਬੇਸ਼ੱਕ ਗੱਡੀ ਆ, ਲੇਕਿਨ ਅਗਰ ਪਿੱਛੇ ਆਪਾਂ ਟੋਚਨ ਪਾ ਲੈਂਦੇ ਹਾਂ, ਲੇਕਿਨ ਕਰੈਲੋ ਅਪੈਂਡਿਚੇ ਟੋਚਨ ਪਾਉਣ ਨਾਲ ਨੁੰ ਕੈਂਬੀਆ ਲਾ ਵੈਲੋਚਿਤਾ, ਵੀ ਆਪਣੀ ਸਪੀਡ ਚੇਂਜ ਨਹੀਂ ਹੁੰਦੀ। ਜਦੋਂ ਆਪਾਂ ਪਿੱਛੇ ਕਰੈਲੋ ਪਾਈ ਹੋਈ ਹੈ ਇਸ ਤਰ੍ਹਾਂ ਦੀ, ਅਤੇ ਆਪਣੀ ਸਪੀਡ ਨੂੰ ਕੋਈ ਵੀ ਫਰਕ ਨਹੀਂ ਪੈਂਦਾ, ਕਿਉਂਕਿ ਕਰੈਲੋ ਇੱਕ ਛੋਟੀ ਰੇੜੀ ਹੋਣ ਕਰਕੇ ਇਹ ਗਿਣਤੀ ਵਿੱਚ ਨਹੀਂ ਆਉਂਦੀ। ਮੌਸਮ ਖਰਾਬ ਹੋਣ 'ਤੇ ਜਿੱਦਾਂ ਬਾਰਿਸ਼ ਪੈ ਰਹੀ ਆ, ਸਪੀਡ 20-20 ਘੱਟ ਜਾਏਗੀ। 20 ਘਟਣ ਤੋਂ 90 ਰਹਿ ਗਈ ਪ੍ਰਿੰਸੀਪਲ 'ਤੇ, ਅਤੇ 110 ਰਹਿ ਗਈ ਆਊਟੋ ਸਤਰਾ ਦੇ ਉੱਪਰ। ਮਤਲਬ ਕਿ ਮੌਸਮ ਖਰਾਬ ਹੋਣ 'ਤੇ ਸਪੀਡ 20 ਦੀ ਘੱਟ ਜਾਂਦੀ ਹੈਗੀ ਆ। 130 ਸੀਗੀ ਅਤੇ 110 ਰਹਿ ਗਈ। ਹੁਣ ਆਪਾਂ ਗੱਲ ਕਰਦੇ ਹਾਂ ਸੁਰ ਤੋਂ। ਸਤਰਾ ਦੇ ਉਰਬਾਨੇ ਦੀ ਸਪੀਡ ਹੁੰਦੀ ਆ 50 ਦੀ ਸਾਰੀਆਂ ਗੱਡੀਆਂ ਵਾਸਤੇ, ਅਤੇ 70 ਦੀ ਉਦੋਂ ਹੁੰਦੀ ਆ ਅਗਰ ਉਹਦੀ ਖਾਸ ਖੂਬੀਆਂ ਹੋਣ, ਅਤੇ ਖਾਸ ਖੂਬੀਆਂ ਨੂੰ ਕਹਿੰਦੇ ਨੇ ਪਾਰਟੀਕੁਲਾਰੀ ਕਰੈਕਟਰਿਸਟਿਕ। ਨਾਲ ਲੱਗਦੇ ਆਪਾਂ ਗੱਲ ਕਰਦੇ ਹਾਂ ਸਿਕੰਦਾਰੀ ਲਿੰਕ ਰੋਡ ਦੀ। ਲਿੰਕ ਰੋਡ ਦੀ ਸਪੀਡ ਜਿਹੜੀ ਹੁੰਦੀ ਆ ਉਹ ਹੁੰਦੀ ਆ 90 ਦੀ ਨੋਰਮਲੀ। ਆਪਾਂ ਸਵਾਲਾਂ 'ਚ ਵੀ ਪੜ੍ਹਾਂਗੇ ਅੱਗੇ, ਅਤੇ ਹੁਣ ਵੀ ਦੱਸ ਰਿਹਾ ਕਿ ਐਕਸਟਰਾ ਉਰਬਾਨੇ ਸਿਕੰਦਾਰੀ ਦੀ ਸਪੀਡ ਨੋਰਮਲੀ 90 ਦੀ ਹੁੰਦੀ ਹੈਗੀ ਆ। ਇਸ ਤੋਂ ਜਿਹੜੀ ਅਗਲੀ ਕੈਟਾਗਰੀ ਆ ਉਹ ਆ ਪ੍ਰਿੰਸੀਪਾਲੇ। ਪ੍ਰਿੰਸੀਪਲ ਰੋਡ ਦੀ ਸਪੀਡ ਜਿਹੜੀ ਹੁੰਦੀ ਆ ਉਹ ਹੁੰਦੀ ਆ 110 ਦੀ ਨੋਰਮਲੀ। 20 ਘੱਟ ਜਾਂਦੀ ਆ ਅਗਰ ਉੱਥੇ ਬਾਰਿਸ਼ ਪੈ ਰਹੀ ਹੋਵੇ। ਅਗਰ ਮੌਸਮ ਖਰਾਬ ਆ ਤਾਂ ਉਹ ਫਿਰ 90 ਦੀ ਰਹਿ ਜਾਏਗੀ। ਚੌਥੀ ਜਿਹੜੀ ਕਿਸਮ ਆ ਉਹ ਆਊਟੋ ਸਤਰਾਦ। ਆਊਟੋ ਸਤਰਾਦ ਦੀ ਸਪੀਡ ਜਿਹੜੀ ਹੁੰਦੀ ਆ 130 ਦੀ ਹੁੰਦੀ ਆ ਨੋਰਮਲੀ। 20 ਘੱਟ ਜਾਂਦੀ ਆ ਬਾਰਿਸ਼ ਪੈਣ 'ਤੇ, ਅਤੇ 20 ਵੱਧ ਜਾਂਦੀ ਆ ਜਦ ਰੋਡ ਖਾਸ ਖੂਬੀਆਂ ਵਾਲਾ ਹੋਏ। ਖਾਸ ਖੂਬੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੁਹਾਨੂੰ ਅਸੀਂ ਅੱਗੇ ਵਿਸਥਾਰ ਪੂਰਵਕ ਦੱਸਾਂਗੇ। ਤਦ ਤੱਕ ਲਈ ਅਗਲੇ ਸਵਾਲ ਪੜ੍ਹਦੇ ਹਾਂ ਇਸ ਤੋਂ ਬਾਅਦ ਆਪਾਂ। ਲੀਮੀਤੇ ਦੀ ਵੈਲੋਚਿਤਾ, ਜਿਹੜੀ ਸਪੀਡ ਲਿਮਿਟ ਹੁੰਦੀ ਆ ਆਪਣੀ ਗੱਡੀ ਦੀ, ਉਹਨੂੰ ਕਹਿੰਦੇ ਲੀਮੀਤੇ ਦੀ ਵੈਲੋਚਿਤਾ। ਆਪਾਂ ਹੁਣ ਤੱਕ ਸਕਰੀਨ 'ਚ ਦੇਖਿਆ ਨਾ ਵੀ ਸਪੀਡ ਲਿਮਿਟ ਕਿੰਨੀ ਤਰ੍ਹਾਂ ਦੀ ਹੁੰਦੀ ਆ, ਸੋ ਅੱਜ ਆਪਾਂ ਉਹਦੇ ਉੱਪਰ ਗੱਲ ਕਰਾਂਗੇ। ਟੌਪਿਕ ਆਪਣਾ ਲੀਮੀਤੇ ਦੀ ਵੈਲੋਚਿਤਾ। ਚਲੋ ਸ਼ੁਰੂ ਕਰਦੇ ਹਾਂ ਆਪਾਂ ਪਹਿਲਾ ਸਵਾਲ। ਇਲੀਮੀਤੇ ਮਾਸੀਮੋ ਦੀ ਵੈਲੋਚਿਤਾ, ਜੋ ਸਪੀਡ ਲਿਮਿਟ ਹੁੰਦੀ ਆ, ਅਗਰ ਤੁਸੀਂ ਨੋਟ ਕਰੋਗੇ ਪਹਿਲੇ ਚਾਰ ਲਫਜ਼ ਸਾਰੇ ਸਵਾਲਾਂ ਦੇ ਸੇਮ ਹੀ ਨੇ। ਸੋ ਅਗਰ ਆਪਾਂ ਨੂੰ ਤਿੰਨ ਗੱਲਾਂ ਸਮਝ ਆ ਗਈਆਂ ਤਾਂ ਅੱਗੋਂ ਅਗਲੀ ਗੱਲ ਸਮਝਣੀ ਸੌਖੀ ਹੋ ਜਾਏਗੀ। ਸੋ ਸਾਰੀਆਂ ਗੱਲਾਂ ਯਾਦ ਨਹੀਂ ਕਰਨੀਆਂ, ਆਪਾਂ ਸਿਰਫ ਇਹ ਯਾਦ ਰੱਖਣਾ ਵੀ ਸਪੀਡ 50 ਦੀ, 100 ਦੀ, 80 ਦੀ ਕਦੋਂ ਹੁੰਦੀ ਆ। ਇਲੀਮੀਤੇ ਮਾਸੀਮੋ ਦੀ ਵੈਲੋਚਿਤਾ ਦੀ ਵੈਲੋਚਿਤਾ ਜਿਹਨਾਂ ਮਾਕੀਨਾ ਓਪੇਰਾ ਤ੍ਰੀਸ਼ੇ, ਓਪਰੇਟਰ ਮਸ਼ੀਨ, ਕੰਮ ਵਾਲੀ ਮਸ਼ੀਨ, ਗੁੰਮ ਮਾਤਾ, ਪਹੀਏ ਵਾਲੀ ਦੀ ਸਪੀਡ 50 ਦੀ ਹੁੰਦੀ ਆ। ਜਿਹੜੀ ਪਹੀਏ ਵਾਲੀ ਮਸ਼ੀਨ ਆ ਉਹਦੀ ਸਪੀਡ ਹੁੰਦੀ ਆ 40 ਦੀ, ਨਾ ਕਿ 50 ਦੀ। ਸੋ ਜਦ ਸਵਾਲ ਕੋਈ ਗਲਤ ਹੁੰਦਾ ਆ ਤਾਂ ਨਾਲ ਬਕਾਇਦਾ ਨਿਸ਼ਾਨੀ ਲਗਾ ਦਿਆ ਕਰੋ ਵੀ ਇਹ ਸਵਾਲ ਇਸ ਵਜ੍ਹਾ ਨਾਲ ਗਲਤ ਹੋਇਆ ਹੈ, ਕਿਉਂਕਿ ਸਵਾਲ 'ਚ ਉਹਨੇ ਕਿਹਾ ਸੀਗਾ ਸਪੀਡ 50 ਦੀ ਆ ਅਤੇ ਅਸਲ 'ਚ ਸਪੀਡ ਉਹਦੀ ਹੁੰਦੀ ਆ 40 ਦੀ। ਸੋ ਅਗਰ ਤੁਹਾਡੇ ਕੋਲ ਬੁੱਕ ਹੈਗੀ ਆ ਜਾਂ ਕੋਈ ਪੇਪਰ ਹੈਗਾ ਆ, ਸਪੀਡਸ ਹਮੇਸ਼ਾ ਲਿਖ ਲਿਆ ਕਰੋ, ਕਿਉਂਕਿ ਲਿਖੀ ਚੀਜ਼ ਆਪਾਂ ਨਹੀਂ ਭੁੱਲਦੇ, ਇਕੱਲੀ ਸੁਣ ਕੇ ਵੀ ਯਾਦ ਨਹੀਂ ਰਹਿੰਦੀ ਹੈਗੀ। ਸੋ ਪਹਿਲਾ ਸਵਾਲ ਸੀਗਾ ਫਾਲਸੋ। ਦੂਜਾ ਸਵਾਲ ਇਲੀਮੀਤੇ ਮਾਸੀਮੋ ਦੀ ਵੈਲੋਚਿਤਾ, ਸਪੀਡ ਲਿਮਿਟ ਫਿਰ ਮੋਤੋ ਚੀਕਲੋ, ਮੋਟਰਸਾਈਕਲ ਦੀ, ਨਹੀਂ ਚੈਂਤਰੇ ਅਬਿਤਾਤੀ, ਚੈਂਤਰੇ ਅਬਿਤਾਤੀ ਸ਼ਹਿਰ ਦੇ ਵਿੱਚ। ਚੈਂਤਰੋ ਅਬਿਤਾਤੋ ਕਹਿੰਦੇ ਨੇ ਸ਼ਹਿਰ ਨੂੰ, ਸਿਟੀ ਨੂੰ ਚੈਂਤਰੋ ਅਬਿਤਾਤੋ ਕਹਿੰਦੇ ਨੇ। ਐ
ordinariamente ਹੁੰਦਾ normally 50 50 ਦੀ ਹੁੰਦੀ ਆ। ਮੈਂ ਪਹਿਲਾਂ ਦੱਸ ਕੇ ਹਟਿਆ ਵੀ ਜਿਹੜੀ ਸਪੀਡ ਨੋਰਮਲੀ ਹੁੰਦੀ ਆ ਉਹ ਸ਼ਹਿਰ ਵਿੱਚ 50 ਦੀ ਹੁੰਦੀ ਆ, ਫਿਰ ਉਹ ਵੱਧ ਕੇ 70 ਕਦੋਂ ਹੋਣੀ ਆ ਜਾਂ ਘਟਨੀ ਕਦੋਂ ਆ, ਇਹ ਬਕਾਇਦਾ ਸਾਈਨ ਬੋਰਡ ਲੱਗਾ ਹੋਏਗਾ। ਸੋ ਸਵਾਲ ਕਹਿ ਰਿਹਾ ਸੀਗਾ ਵੀ ਸਪੀਡ ਲਿਮਿਟ ਸ਼ਹਿਰ ਦੇ ਵਿੱਚ 50 ਦੀ ਹੁੰਦੀ ਆ। ਬੇਰੋ ਤੀਜਾ ਸਵਾਲ, ਲਿਮਿਟੇ ਮਾਸੀਮੋ ਦੀ ਵਿਲੋਚਿਤਾ ਸਪੀਡ ਲਿਮਿਟ ਦਿਨੋ ਆਟੋ ਵਹੀਕਲੋ, ਇੱਕ ਗੱਡੀ ਲਓ ਜੀ, ਉਸ ਤੋਂ ਅਗਲਾ ਜਿਹੜਾ ਪੈਰਾਗ੍ਰਾਫ ਹੈ ਨਾ, ਮਤਲਬ ਅਗਲੇ ਜਿਹੜੇ ਦੋ ਲਫ਼ਜ਼ ਨੇ ਮੈਂ ਅੰਡਰਲਾਈਨ ਕਰਾ ਦੇਣਾ ਚਾਹੁੰਦਾ, ਜਦ ਤੱਕ ਤੇ ਵਜ਼ਨ ਉਸਦਾ 3.5 ਟਨ ਤੱਕ ਆ, ਜਦ ਤੱਕ ਵਜ਼ਨ 3.5 ਟਨ ਤੱਕ ਆ ਉਸਦੀ ਸਪੀਡ ਚੇਂਜ ਨਹੀਂ ਹੁੰਦੀ, ਫੀ ਨੋ ਮਤਲਬ ਹੁੰਦਾ ਆ ਤੱਕ 3.5 ਟਨ ਤੱਕ, ਸੁੱਲੇ ਸਤਰਾ ਦੇ ਅਕਸ਼ਟਰਬਾ ਨੇ ਸਿਕੁੰਦਾਰੀਏ ਲਿੰਕ ਰੋਡ ਤੇ ਸਪੀਡ ਉਸਦੀ 90 ਹੀ ਰਹੇਗੀ। ਬੇਰੋ ਕਿਉਂਕਿ ਜਦ ਤੱਕ ਆਪਾਂ ਗੱਲ ਕਰਨ ਡੇ ਆ ਸਪੀਡ ਉਸਦੀ, ਜਦ ਤੱਕ ਉਸਦੀ ਸਪੀਡ ਆ 90 ਦੀ ਤੇ ਉਹਦਾ ਵਜ਼ਨ ਵੀ 3.5 ਟਨ ਤੱਕ ਆ, ਲੇਕਿਨ ਜਦੋਂ ਉਹਦਾ ਵਜ਼ਨ 90 ਸੋਰੀ ਵਜ਼ਨ 3.5 ਟਨ ਤੋਂ ਜ਼ਿਆਦਾ ਹੋ ਜਾਏਗਾ ਤੇ ਉਸਦੀ ਸਪੀਡ ਵੀ ਵੱਧ ਜਾਏਗੀ, ਉੱਥੇ ਰੋਡ ਦੇ ਮੁਤਾਬਿਕ ਘੱਟ ਜਾਏਗੀ ਜਾਂ ਵੱਧ ਜਾਏਗੀ। ਅਗਲੀ ਆਪਾਂ ਗੱਲ ਕਰਦੇ ਹਾਂ ਸਵਾਲ ਨੰਬਰ 4 ਦੀ, ਲਿਮਿਟੇ ਮਾਸੀਮੋ ਦੀ ਵਿਲੋਚਿਤਾ ਜੋ ਸਪੀਡ ਲਿਮਿਟ ਆ ਪਿਨਆਟੋ ਵਹੀਕਲੋ, ਇੱਕ ਗੱਡੀ ਜਿਸ ਦਾ ਵਜ਼ਨ ਫੀਨੋ 3.5 ਤੋਨੇਲਾ ਤੇ 3.5 ਟਨ ਤੱਕ ਆ, ਮਤਲਬ ਕਿ ਨੋਰਮਲ ਆ, ਸੁੱਲੇ ਸਰਾ ਦੇ ਐਕਸਟਰੋਬਾ ਨੇ ਪ੍ਰਿੰਸੀਪਲ ਰੋਡ ਤੇ ਉਸਦੀ ਸਪੀਡ 80 ਦੀ ਹੋ ਜਾਏਗੀ ਉੱਥੇ। ਫਾਲਸੋ, ਕਿਉਂਕਿ ਅਗਰ ਉਸਦਾ ਵਜ਼ਨ 3.5 ਟਨ ਤੱਕ ਆ ਤਾਂ ਉਸਦੀ ਸਪੀਡ ਉੱਥੇ 110 ਦੀ ਨੋਰਮਲ ਰਹੇਗੀ, ਜਿੱਦਾਂ ਕਿ ਆਪਾਂ ਹੁਣ ਤੱਕ ਪੜਿਆ ਹੀ ਆ। ਸੋ ਸਵਾਲ ਕਹਿ ਰਿਹਾ ਸੀਗਾ ਵੀ ਜਦ ਤੱਕ ਤੇ ਉਸਦਾ ਵਜ਼ਨ 3.5 ਟਨ ਤੱਕ ਆ ਸਪੀਡ ਉਹਦੀ 80 ਹੋ ਜਾਏਗੀ, ਫਾਲਸੋ ਉਸਦੀ ਸਪੀਡ ਉੱਥੇ 110 ਦੀ ਹੀ ਰਹੇਗੀ। ਸਵਾਲ ਨੰਬਰ 5, ਇਲਿਮਿਤੇ ਮਾਸੀਮੋ ਦੀ ਵਿਲੋਚਿਤਾ ਪਰ ਆਟੋ ਵੇਟੂਰਾ ਇਨ ਕਾਜ਼ੋ ਦੀ ਪ੍ਰੇਚੇਪਿਟਾਸੋਨੀ ਐਟਮੋਸਫੇਅਰ, ਕਿਉਂਕਿ ਪ੍ਰੇਚੇਪਿਟਾਸੋਨੀ ਐਟਮੋਸਫੇਅਰ ਕੇ ਇਹ ਲਫ਼ਜ਼ ਦਾ ਮਤਲਬ ਹੁੰਦਾ ਆ ਮੌਸਮ ਦੀ ਖਰਾਬੀ, ਪ੍ਰੇਚੇਪਿਟਾਸੋਨੀ ਐਟਮੋਸਫੇਅਰ ਕੇ ਮੌਸਮ ਦੀ ਖਰਾਬੀ ਹੋਣ ਤੇ ਸੁਲੇਸਰਾ ਦੇ ਪ੍ਰਿੰਸੀਪਲੀ ਪ੍ਰਿੰਸੀਪਲ ਰੋਡ ਤੇ ਸਪੀਡ 90 ਦੀ ਹੁੰਦੀ ਆ। ਵੇਰੋ ਕਿਉਂਕਿ ਪਹਿਲਾਂ ਉਹਦੀ ਸਪੀਡ ਸੀਗੀ 110 ਦੀ, ਮੈਂ ਲਿਖ ਦੇਣਾ ਸੋਰੀ, ਜਦ ਤੱਕ ਤਾਂ ਆਪਾਂ ਉਸਦੀ ਗੱਲ ਕਰਦੇ ਹਾਂ ਸਪੀਡ ਦੀ ਤਾਂ ਉਸਦੀ ਸਪੀਡ ਨੋਰਮਲ ਆ 110, ਅਤੇ ਜਦ ਮੌਸਮ ਖਰਾਬ ਹੋ ਜਾਵੇ ਤਾਂ 20 ਘੱਟ ਜਾਂਦੀ ਆ, ਸੋ 20 ਘਟਣ ਦੇ ਸਪੀਡ ਉਸਦੀ ਰਹਿ ਜਾਏਗੀ 90 ਦੀ। ਸਵਾਲ ਵੀ ਇਹੀ ਕਹਿ ਰਿਹਾ ਸੀ ਵੀ ਸਪੀਡ 90 ਦੀ ਰਹਿ ਜਾਏਗੀ, 90 ਦੀ ਰਹਿ ਜਾਏਗੀ ਜਦ ਉੱਥੇ ਮੌਸਮ ਪ੍ਰੇਚੇਪਿਟਾਸੋਨੀ ਐਟਮੋਸਫੇਅਰ ਕੀ, ਅਗਰ ਮੌਸਮ ਖਰਾਬ ਆ ਸਪੀਡ ਉਸਦੀ ਉੱਥੇ 90 ਦੀ ਰਹਿ ਜਾਏਗੀ ਉੱਥੇ। ਬੇਰੋ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਸਵਾਲ ਨੰਬਰ 6 ਦੀ, ਇਲਿਮਿਤੇ ਮਾਸੀਮੋ ਦੀ ਵਿਲੋਚਿਤਾ ਪਰ ਉਹਨਾਂ ਆਟੋ ਵਿਤੂਰਾ, ਇੱਕ ਕਾਰ ਦੀ ਸਪੀਡ ਇਨ ਪ੍ਰਜੈਂਸਾ, ਪ੍ਰਜੈਂਸਾ ਮਤਲਬ ਹੁੰਦਾ ਜਬ ਮੌਜੂਦ ਹੋ, ਦੀ ਸਿਗਨਾਲੀ ਸਿਗਨਲ ਸੁਨਸਤਰਾ ਦਾ ਉਰਬਾਨਾ, ਲਓ ਜੀ ਉਰਬਾਨਾ ਰੋਡ ਆ, ਇਹਦੀ ਨੋਰਮਲੀ ਸਪੀਡ ਹੁੰਦੀ ਆ 50 ਦੀ, ਠੀਕ ਆ ਆਪਾਂ ਨੂੰ ਯਾਦ ਹੀ ਆ, ਲੇਕਿਨ ਪਾਰਟੀਕੁਲਾਰੀ ਕਰਤਰੀਸਤੀ, ਅਗਰ ਸਵਾਲ 'ਚ ਲਫ਼ਜ਼ ਲਿਖਿਆ ਆ ਪਾਰਟੀਕੁਲਾਰੀ ਕਰਤਰੀਸਤੀ ਕੇ ਮਤਲਬ ਖਾਸ ਖੂਬੀਆਂ ਹੋਣ 'ਤੇ ਸਪੀਡ ਉਸਦੀ 70 ਦੀ ਹੋ ਸਕਦੀ ਆ। ਫਿਰੋ ਕਿਉਂਕਿ ਆਪਾਂ ਹੁਣ ਤੱਕ ਗੱਲ ਕੀਤੀ ਆ ਸਪੀਡ ਨੋਰਮਲ ਦੀ ਜੋ ਕਿ ਸੀਗੀ 50 ਦੀ, ਅਗਰ ਤਾਂ ਨੋਰਮਲ ਆ ਤਾਂ 50 ਵੇ, ਲੇਕਿਨ ਅਗਰ ਉਸ ਰੋਡ ਤੇ ਖਾਸ ਖੂਬੀਆਂ ਨੇ ਤੇ ਸਪੀਡ ਹੁੰਦੀ 70 ਦੀ ਵੀ ਹੋ ਸਕਦੀ ਆ। ਬੇਰੋ ਸਵਾਲ ਨੰਬਰ 7, ਇਲਿਮਿਤੇ ਮਾਸੀਮੋ ਦੀ ਵਿਲੋਚਿਤਾ ਜੋ ਸਪੀਡ ਲਿਮਿਟ ਹੁੰਦੀ ਆ ਪਰ ਆਟੋ ਵਿਤੂਰਾ, ਇੱਕ ਕਾਰ ਸੁਨਸਤਰਾ ਦਾ ਐਕਸਟਰਾ ਅਰਬਨ ਸਿਕੁੰਦਾਰੀਆ ਲਿੰਕ ਰੋਡ ਤੇ ਕਾਰ ਦੀ ਸਪੀਡ 70 ਦੀ ਹੁੰਦੀ ਆ। ਫਾਲਸੋ, ਲਿੰਕ ਰੋਡ ਤੇ ਕਾਰ ਨੇ ਨੋਰਮਲ 90 'ਤੇ ਹੀ ਚੱਲਣਾ ਆ।
सवाल नंबर 8, इल लिमिते मासिमो दी वेलोचिता पर क्वालसियसी वीकलो, क्वालसियस मतलब होता किसी भी कार की, किसी भी गड्डी की, किसी भी व्हीकल की, चेंत्रिय बिताती शहर दे विच सिसंता, किसी भी कार की स्पीड शहर विच 60 दी हुंदी। उत्थे फालसो, शहर विच स्पीड नॉर्मली होंगी 50 दी, ते वध के जिहड़ी कई बार 70 दी हो जाती है, 60 दी तो है ही नहीं किसी पासे। सवाल नंबर 9, इलिमिते मासिमो दी वेलोचिता भी जो स्पीड लिमिट होंगी आ, पेर आउटो वेतूरा सुलेस्त्रा दे एक्सट्रोबा ने सिकुंदारी है, लिंक रोड ते कार दी स्पीड 90 दी होंगी आ। बेरो क्योंकि अगर आप गल करते हाँ सिकुंदारी रोड दी, ते एक कार दी स्पीड उत्थे 90 दी ही रहेगी, स्पीड वधदी उदों आ, सॉरी घटदी उदों आ जदों वजन ज़्यादा होवे उत्थे। सो सवाल सीगा वेरो 10 नंबर, इलिमिते मासिमो दी वेलोचिता दे लिया आउटो कारी, ओके आउटो कारी मतलब हुंदा या ट्रक, निचेंत्र बिताती ट्रकां दी शहर विच, चेंत्र बिताती कोरांता, 40 दी स्पीड हुंदी है। फालसो। सवाल नंबर 11, लिमिते मासिमो दी वेलोचिता पेर आउटो वेतूरा कार सुले आउटो स्त्रा दे, आउटो स्त्रा दे हाईवे रोड उपर कार दी स्पीड और दी नरियमेंते नॉर्मली 130 दी ही होंगी है। वेरो क्योंकि नॉर्मली स्पीड जी कार दी 130 दी होंगी आ, उस तो बाद वो वध सकती आ ते घट भी सकती है, वधदी उदू आ अगर रोड खास खूबिया वाला होए, ते घटदी उदू अगर उत्थे बाई चांस मौसम खराब हो जाए। उस बाद गल करते सवाल नंबर 12 की, इलिमिते मासिमो दी वेलोचिता पेर उना माकिना ओपरेटरीचे गुमाता, पहिए वाली ओपरेटर मशीन की स्पीड 40 दी कोरांता, 40 दी हुंदी है उत्थे। वेरो अगर ते वो गुमाता है मतलब कि पहिए वाली आ, ते स्पीड 40 दी हो जाएगी, बाई चांस इतने चैन लिखा होंदा ते फिर स्पीड हुंदी 15 दी हो जानी सीगी। उस तो बाद आप गल करते हैं सवाल नंबर 13 की, इलिमिते मासिमो दी वेलोचिता पेर आउटो वेतूरा कार नेचेंत्र बिताती शहर दे विच और दी नरियमेंते, उन्हें नॉर्मली 55 50 दी आ। ओके मैं दोबारा दस देना चाहना, नॉर्मली स्पीड शहर विच 50 दी ही हुंदी आ, क्योंकि आप एक कार की गल कर रहे हैं, कार एक वजनदार व्हीकल नहीं होंगे, इस करके इनकी नॉर्मल स्पीड 50 दी ही होंगी हैगी। उत्थे बेरो 14 नंबर, इलिमिते मासिमो दी वेलोचिता पेर आउटो व्हीकलो गड्डी फीनो 3,5 टन लाते, 3.5 टन तक, ध्यान नाल 3.5 टन तक नेचेंत्र बिताती शहर दे विच कुरांता, स्पीड 40 दी होएगी। लो जी सवाल कह रही अगर वजन होंदा 3.5 टन तक आ ट्रक का, तो शहर विच उहदी स्पीड 40 दी हो जाएगी। फालसो, क्योंकि 3.5 टन तक स्पीड नाल फर्क नहीं पैंदा हैगा। हुण आपां गल करदे सवाल नंबर 15 की, इलिमिते मासिमो दी वेलोचिता पेर आउटो वेतूरा नेचेंत्र बिताती कार दी स्पीड एसेंप्रे सितांता, हमेशा ही 70 दी हुंदी है। फालसो, क्योंकि 50 दी भी हो सकती है ते 70 दी भी हो सकती है, सेंप्रे आन ते सवाल गलत हो गया, सेंप्रे 70 दी नहीं हुंदी क्योंकि वधदी घटदी रहिंदी है वाली। उस तो बाद आपां गल करदे सवाल नंबर 16 की, इलिमिते मासिमो दी वेलोचिता स्पीड लिमिट पेर आउटो कारो दी मासा मासिमा कॉम्पलेसिवा, ओके कॉम्पलेसिवा लफ्ज़ का मतलब होंदा या पूरा मिला के, पूरा जोड़ कर, कॉम्पलेसिवा लफ्ज़ मतलब होंदा है पूरा जोड़ के, पूरे जोड़न तो भाव आ खाली ट्रक ते प्लस समान लद्या होया, उनकी स्पीड सुले आउटो स्त्रा दे 120 दी होंगी है। फालसो, क्योंकि अगर उसका वजन 3.5 टन तक आ तो उनकी स्पीड में खास फर्क नहीं पैंदा, वो नॉर्मल 130 ही चलेगा। सवाल सीगा फालसो,
17 ਨੰਬਰ ਸਵਾਲ ਦੀ ਗੱਲ ਕਰਦੇ ਹਾਂ। ਇਲੀਮਿਤੇ ਮਾਸੀਮੋ ਦੀ ਵੈਲੋਸਿਟੀ ਜੋ ਸਪੀਡ ਲਿਮਿਟ ਹੁੰਦੀ ਆ ਕਾਰ ਦੀ, ਇਨ ਪ੍ਰਜੈਂਸ ਦੀ ਅਪੋਜ਼ਿਟੋ, ਓਕੇ ਅਪੋਜ਼ਿਟੋ ਲਫਜ਼ ਜਿਹੜਾ ਦੇਖ ਰਹੇ ਹੋ ਇਸਦਾ ਮਤਲਬ ਹੁੰਦਾ ਖਾਸ ਸਿਗਨਾਲੇ, ਸਿਗਨਲ ਲੱਗਣ 'ਤੇ ਚੈਨ ਨੇਤਰਾਤੀ ਦੀ ਸਰਾਦ ਆਊਟੋ ਸਰਾਦਾ। ਓਕੇ ਦੁਬਾਰਾ ਦੱਸ ਦੇਣਾ ਚਾਹੁੰਦਾ ਮੈਂ, ਅਪੋਜ਼ਿਟੋ ਸਿਗਨਾਲੇ ਖਾਸ ਸਿਗਨਲ ਆਊਟੋ ਸਰਾਦੇ 'ਤੇ ਲੱਗਾ ਹੈ ਤਾਂ ਸਿਗਨਲ ਪਤਾ ਕਿਹੜਾ ਹੋਏਗਾ, ਪਾਰਟੀਕੁਲਾਰੀ ਕਾਰਾਤੇਰੀਸਤੀ ਕੇ ਖਾਸ ਖੂਬੀਆਂ ਵਾਲਾ, ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ, ਅਗਰ ਸਵਾਲ ਦੇ ਵਿੱਚ ਜ਼ਿਕਰ ਹੋ ਰਿਹਾ ਹੈ ਪਾਰਟੀਕੁਲਾਰੀ ਕਾਰਾਤੇਰੀਸਤੀ ਕੇ, ਤਾਂ ਉੱਥੇ ਸਪੀਡ ਹੁੰਦੀ ਚੈਨ ਤੋਂ ਚਿੰਕੁਆਂਤਾ 150 ਦੀ ਹੋ ਸਕਦੀ ਹੈ ਉੱਥੇ ਵੇਰੋ, ਕਿਉਂਕਿ ਆਊਟੋ ਸਰਾਦੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਆਊਟੋ ਸਰਾਦਾ, ਇਹਦੀ ਸਪੀਡ 150 ਵੀ ਹੋ ਸਕਦੀ ਹੈ, ਲੇਕਿਨ 150 ਉਦੋਂ ਹੁੰਦੀ ਆ ਅਗਰ ਉਹ ਰੋਡ 'ਤੇ ਪਾਰਟੀਕੁਲਾਰੀ ਕਾਰਾਤੇਰੀਸਤੀ ਕੇ ਖਾਸ ਖੂਬੀਆਂ ਹੋਣ ਉੱਥੇ ਵੇਰੋ। ਸਵਾਲ ਨੰਬਰ 18, ਇਲੀਮਿਤੇ ਮਾਸੀਮੋ ਦੀ ਵੈਲੋਸਿਟੀ ਪਰ ਆਊਟੋ ਵਿਤੂਰਾ, ਇੱਕ ਕਾਰ ਦੀ ਸਪੀਡ ਸੁਨਸਤਰਾ ਦਾ ਐਕਸਟਰਾ ਉਰਬਾਨਾ ਪ੍ਰਿੰਸੀਪਾਲੇ, ਪ੍ਰਿੰਸੀਪਲ ਰੋਡ 'ਤੇ ਕਾਰ ਦੀ ਸਪੀਡ 90 ਦੀ ਹੁੰਦੀ ਆ, ਫਾਲਸੋ, ਉਹਦੀ ਸਪੀਡ ਉੱਥੇ ਨੋਰਮਲੀ, ਕਾਰ ਦੀ ਸਪੀਡ ਨੋਰਮਲੀ ਉਸ ਰੋਡ 'ਤੇ 110 ਦੀ ਰਹੇਗੀ, ਸੋ ਸਵਾਲ ਆ ਫਾਲਸੋ। Il limite massimo di velocità per autovettura sulle strade extraurbane principali. Principal road te, main road te, car di speed. Ordinariamente, onda, normally, ordinariamente 110 di ਹੋਵੇਗੀ ਵੇਰੋ, ਕਿਉਂਕਿ ਨੋਰਮਲੀ ਸਪੀਡ 110 ਦੀ ਆ, ਬਾਕੀ ਮੌਸਮ ਖਰਾਬ ਹੋਣ 'ਤੇ ਘੱਟ ਵੀ ਸਕਦੀ ਆ, ਜਿੱਦਾਂ ਕਿ ਆਪਾਂ ਸਵਾਲ ਨੰਬਰ ਪੜਿਆ ਸੀਗਾ 5 ਦੇ ਵਿੱਚ 90 ਦੀ ਰਹਿ ਗਈ ਸੀਗੀ, ਨੋਰਮਲੀ ਸਪੀਡ ਹੁੰਦੀ ਹੈ ਇਹਦੀ 110 ਦੀ, ਜੋ ਕਿ ਘੱਟ ਵੀ ਸਕਦੀ ਆ ਅਤੇ ਵੱਧ ਵੀ ਸਕਦੀ ਆ। ਲਓ ਜੀ ਇਹ ਤਾਂ ਸੀਗਾ ਇੱਕ ਡੈਮੋ, ਤੁਸੀਂ ਇਸੇ ਤਰੀਕੇ ਨਾਲ ਸਾਡੇ ਕੋਲ ਸਾਰੀਆਂ ਸਪੀਡਾਂ ਪੜ੍ਹ ਸਕਦੇ ਹੋ, ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ ਨੀਟ ਐਂਡ ਬ੍ਰਦਰਸ, ਨੀਚੇ ਮੈਂ ਲਿੰਕ ਦੇ ਰਿਹਾ ਵਾਂ, ਹਰ ਸੰਡੇ ਨੂੰ ਅਸੀਂ ਕਲਾਸ ਇੱਕ ਫ੍ਰੀ ਲਗਾਈ ਦੀ ਹੈ ਖਾਸ ਟੋਪਿਕ ਉੱਪਰ, ਅਗਰ ਤੁਸੀਂ ਸਾਡੇ ਸਟੂਡੈਂਟ ਹੋ ਅਤੇ ਤੁਸੀਂ ਇਸ ਤਰ੍ਹਾਂ ਦੇ ਲੈਸਨ ਯੂਟਿਊਬ ਤੋਂ ਫੋਲੋ ਕਰ ਸਕਦੇ ਹੋ, ਲੇਕਿਨ ਅਗਰ ਤੁਸੀਂ ਕਿਸੇ ਹੋਰ ਟੀਚਰ ਕੋਲ ਜਾਂ ਕਿਸੇ ਇਟਾਲੀਅਨ ਸਕੂਲ 'ਚ ਪੜ੍ਹ ਰਹੇ ਹੋ ਫਿਰ ਵੀ ਤੁਸੀਂ ਅਗਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡੀ ਐਪਲੀਕੇਸ਼ਨ ਨੂੰ ਫ੍ਰੀ ਡਾਊਨਲੋਡ ਕਰਕੇ ਉਹਦੇ 'ਚ ਇਸ ਤਰ੍ਹਾਂ ਦੇ ਲੈਸਨ ਬਾਰੇ ਜਾਣਕਾਰੀ ਲੈ ਸਕਦੇ ਹੋ, ਲੇਕਿਨ ਅਗਰ ਤੁਹਾਨੂੰ ਕੋਈ ਟੋਪਿਕ ਔਖਾ ਲੱਗਦਾ ਆ, ਜਿੱਦਾਂ ਕਿ ਮੈਂ ਪਿਛਲੇ ਹਫ਼ਤੇ ਅਸਿਕਰਾਸੀਓਨੀ ਉੱਪਰ ਗੱਲਬਾਤ ਕੀਤੀ ਸੀ, ਕਿਸੇ ਵੀ ਟੋਪਿਕ ਔਖੇ ਉੱਪਰ ਸਾਨੂੰ ਮੈਸੇਜ ਕਰੋ, ਈਮੇਲ ਕਰੋ ਵੀ ਸਰ ਇਸ ਤਰ੍ਹਾਂ ਦਾ ਟੋਪਿਕ ਦੁਬਾਰਾ ਵੀਡੀਓ ਲੈਸਨ ਨਾਲ ਤਿਆਰ ਕਰੋ, ਅਸੀਂ ਫ੍ਰੀ ਆਫ ਕੋਸਟ ਉਹ ਟੋਪਿਕ ਤਿਆਰ ਕਰਕੇ ਤੁਹਾਡੇ ਨਾਲ ਪੇਸ਼ ਕਰਾਂਗੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕੁਮ।